토목이 자꾸 이 토목이 어 솔루션도 뭐하리 얘가 솔루션 허가 오하자 오르쳐 허하게 느끼기 댄서 토리 차 허이니 자그리 솔루션은 저 도시 오겠네요 데코 전환이야 ਮਰਤਬਾਨ ਦੇ ਵਿੱਚ ਹਾਲਾਂਕਿ ਮਰਤਬਾਨ ਗਲੇਜ਼ ਹੁੰਦਾ ਹੈ ਉਹਦੇ ਵਿੱਚ ਉਹਦੇ ਵਿੱਚ ਨਾ ਕੁਛ ਨਹੀਂ ਅੰਦਰ ਅਬਜ਼ੋਰਬ ਨਹੀਂ ਹੁੰਦਾ ਮਗਰ ਫਿਰ ਵੀ ਗਲੇਜ਼ ਅੰਦਰ ਹੁੰਦੇ ਮਰਤਬਾਨ ਉਹਦੇ ਵਿੱਚ ਅਚਾਰ ਪਾਇਆ ਛੇ ਮਹੀਨੇ ਸਾਲ ਦੋ ਸਾਲ ਮਗਰੋਂ ਕੱਢਿਆ ਉਹਦੇ 'ਚ ਕੋਈ ਹੋਰ ਅਚਾਰ ਪਾਉਣਾ ਮੰਗਦੀਆਂ ਤਾਂ ਉਹਨੂੰ ਕੀ ਕਰਨਗੇ ਧੋਣਗੀਆਂ ਰਗੜਨਗੀਆਂ ਧੋ ਕੇ ਧੁੱਪੇ ਰੱਖ ਦੇਣਗੀਆਂ ਵੀ ਕਿਤੇ ਮੈਂ ਹੋਰ ਚੀਜ਼ ਪਾਉਣੀ ਹੈਗੀ ਤਾਂ ਉਹਨੂੰ ਸਾਫ਼ ਕਰ ਆਪਣੇ ਜਾਣੀ ਸਾਫ਼ ਕੀਤਾ ਤਾਂ ਉਹਦੇ 'ਚ ਚੀਜ਼ ਕੋਈ ਪਾਤੀ ਤਾਂ ਦੋ ਚੌਮੇ ਨੂੰ ਦੇਖੇ ਤਾਂ ਜੋ ਚੀਜ਼ ਪਾਈ ਉਹਦੇ 'ਚ ਉਹ ਪਹਿਲੇ ਉਹਦੇ 'ਚ ਸਮੈਲ ਆਉਣੀ ਸ਼ੁਰੂ ਹੈ ਕਿਉਂਕਿ ਉਹਦੇ ਵਿੱਚ ਉਹ ਕਰ ਚੁੱਕਿਆ ਉਹ ਸਮੈਲ ਉਹ ਇਟ ਹੈਜ਼ ਗੋਨ ਡੀਪ ਇਨ ਟੂ ਦੀ ਕੌਨਸ਼ੀਅਸਨੈਸ ਸਭ ਕੌਨਸ਼ੀਅਸ ਡੀਪ ਚਲਾ ਗਿਆ ਹੈਗਾ ਤੁਹਾਡਾ ਸੋਲੂਸ਼ਨ ਬਣਾਇਆ ਹੋਇਆ ਉਹ ਚ ਹਵਾ ਇਹੀ ਕਾਰਨ ਹੈ ਸੁਣੋ ਇਹੀ ਕਾਰਨ ਹੈ ਇੱਕ ਸ਼ਰਾਬੀ ਇੱਕ ਪਾਪੀ ਜਾਂ ਕੋਈ ਜਾਂ ਝੂਠ ਬੋਲਣ ਵਾਲਾ ਜਾਂ ਬਹੁਤਾ ਲੋਭੀ ਹੈ ਜਾਂ ਬਹੁਤਾ ਕਾਮੀ ਹੈ ਬਹੁਤਾ ਕ੍ਰੋਧੀ ਹੈ ਉਹ ਜਾਣਦਾ ਹੈ ਕਿ ਮੈਂ ਸ਼ਰਾਬ ਪੀ ਹਾਂ ਮੇਰੀ ਤਬਾਹ ਹੋ ਰਹੀ ਹੈ ਮੇਰਾ ਘਰ ਤਬਾਹ ਬੱਚੇ ਭੁੱਖੇ ਮਰਦੇ ਹੈ ਜ਼ਮੀਨ ਲੜਦੀ ਹੈ ਮੈਂ ਨੌਕਰੀ ਮੇਰੀ ਖਰਾਬ ਹੋ ਗਈ ਹੈ ਮਗਰ ਫਿਰ ਵੀ ਉਹ ਸ਼ਰਾਬ ਤੋਂ ਨਹੀਂ ਰਹਿ ਸਕਦਾ ਕਿਉਂਕਿ ਉਹਦੀ ਇੰਸਟਿੰਕਟ ਉਹਦੇ 'ਚ ਬਦਬੋ ਉਹਦੀ ਨਿਕਲਦੀ ਹਵਾ ਨਿਕਲੀ ਉਹਨੂੰ ਮਜਬੂਰ ਕਰਦੀ ਹੈ ਸੋ ਹਰ ਇੱਕ ਦੀ ਹਵਾ ਬਣੀ ਹੈ ਉਹ ਉੱਚੀ ਵਿਸ਼ ਨੇਕ ਬਣ ਦੀ ਵਿਸ਼ ਰੱਬ ਨੂੰ ਪ੍ਰਾਪਤ ਗੁਰੂ ਨਾਨਕ ਦੀ ਮਿਹਰ ਦੀ ਵਿਸ਼ ਤੁਹਾਡੇ ਅੰਦਰ ਨਿਕਲ ਨਹੀਂ ਸਕਦੀ ਕਿਉਂਕਿ ਜਨਮਾਂ ਜਮਾਤਰਾ ਦੀ ਤੁਸੀਂ ਖਬਰਾਂ ਕੀ ਕੁਛ ਉੱਥੇ ਆਪਾਂ ਪਾਇਆ ਹੋਇਆ ਹੈ ਤੇ ਉਹ ਆਪਣੇ ਅੰਦਰ ਪਾਇਆ ਉਹਦੀ ਹਵਾ ਉਸੇ ਦੀ ਹਵਾ ਨਿਕਲੀ ਦੂਸਰੀ ਚੀਜ਼ ਨਹੀਂ ਨਿਕਲੇਗੀ ਇਸ ਵਾਸਤੇ ਸੰਗਤ ਦੀ ਲੋੜ ਹੈ ਸਾਧੂ ਦੀ ਲੋੜ ਹੈ ਮਹਾਂਪੁਰਖਾਂ ਦੀ ਲੋੜ ਹੈ ਜਿਹਦੀ ਸੰਗਤ ਕਰਦੇ ਆ ਬਾਣੀ ਦੀ ਲੋੜ ਹੈ ਇਹ ਬਾਣੀ ਸਾਧੂ ਹੈ ਬਾਣੀ ਗੁਰੂ ਹੈ ਪਰ ਇਹ ਬਾਣੀ ਦੀ ਸੰਗਤ ਕਰੀਏ ਤਾਂ ਸੰਗਤ ਨਹੀਂ ਕਰਦੇ ਸੀ ਪੜ ਛੱਡਦੇ ਹਾਂ ਮੈਂ ਅੱਗੇ ਵੀ ਦੱਸਿਆ ਸੀਗਾ ਕਿ ਮੈਂ ਜੋ ਛੋਟਾ 10-12 ਸਾਲ ਦਾ ਹੁੰਦਾ ਸੀ ਤੇ ਪੜ ਜਾਣ ਸੀ ਮੇਰਾ ਇੱਕ ਮੇਰੇ ਨਾਲ ਦਾ ਕਲਾਸਮੇਟ ਚੋ ਮੁਸਲਮਾਨ ਸੀਗਾ ਅਸੀਂ ਸੜਕ 'ਚ ਜਾਈਏ ਸ਼ਹਿਰਾਂ 'ਚ ਹਿੰਦੁਸਤਾਨ 'ਚ ਦੇਖਿਆ ਹੋਊਗਾ ਸ਼ਹਿਰਾਂ ਦੇ ਵਿੱਚ ਸੜਕ ਦੇ ਉੱਤੇ ਹੀ ਦਰਵਾਜ਼ੇ ਹੁੰਦੇ ਆ ਡੇਰੀ ਹੁੰਦੀ ਹੈ ਤੇ ਉਹ ਡੇਰੀ ਬਾਹਰ ਨਾ ਸੜਕ ਦੇ ਉੱਤੇ ਡੇਰੀ ਦੇ ਉੱਤੇ ਸਟੈਪ ਦੇ ਉੱਤੇ ਬੈਠਾ ਇੱਕ ਮੌਲਾਨਾ ਤੇ ਅੰਦਰ ਇੱਕ ਜਨਾਨੀ ਚਿੱਪ ਸੁੱਟੀ ਹੋਈ ਅੰਦਰ ਉਹ ਕੁਰਾਨ ਸ਼ਰੀਫ ਦੀਆਂ ਆਇਤਾਂ ਬਾਹਰੋਂ ਉਹ ਬੋਲੀ ਜਾਵੇ ਉਹ ਅੰਦਰੋਂ ਬੈਠੀ ਉਹ ਰਿਪੂਤ ਕਰੀ ਜਾਵੇ ਸਾਫ਼ ਨਜ਼ਰ ਮਹਿਸੂਸ ਹੁੰਦਾ ਸੀ ਵੀ ਅੰਦਰ ਕੋਈ ਜਨਾਨੀ ਦੀ ਆਵਾਜ਼ ਹੈ ਉਹ ਬਾਹਰੋਂ ਉਹ ਬੋਲੀ ਜਾਂਦਾ ਸੀ ਤੇ ਅੰਦਰ ਉਹ ਰਿਪੀਟ ਮੈਂ ਉਸ ਮੁੰਡੇ ਉਸ ਮਾਨੇ ਵਿੱਚ ਮੈਂ ਆਪਣੇ ਦੋਸਤ ਨੂੰ ਮੁਸਲਮਾਨ ਨੂੰ ਪੁੱਛਿਆ ਵੀ ਇਹ ਕੀ ਕਰਦੇ ਹੈ ਇਹ ਕਿਉਂ ਕਹਿੰਦੀ ਜੀ ਇਹ ਅੰਦਰ ਕੋਈ ਜਨਾਨੀ ਹੈ ਉਸ ਨੂੰ ਕੁਰਾਨ ਪੜਾਉਂਦੇ ਹੈ ਬਾਕੀ ਕੀ ਬੋਲੀ ਤੂੰ ਸਮਝ ਲੈ ਕੀ ਬੋਲੀ ਹੈ ਕਹਿੰਦੀ ਜੀ ਨਹੀਂ ਸਾਡੀ ਨਹੀਂ ਸਮਝ ਆਉਂਦੀ ਅਰਬ ਬੋਲੀ ਹੈ ਅਰਬ ਬੋਲੀਏ ਸਾਡੀ ਸਮਝ ਫਿਰ ਮੈਂ ਕੀ ਪੜ੍ਹਨਾ ਫਾਇਦਾ ਕਹਿੰਦੇ ਨਹੀਂ ਸਾਨੂੰ ਇਹ ਹੁਕਮ ਵੀ ਇਸ ਨੂੰ ਰਿਪੀਟ ਕਰਕੇ ਹਫ਼ ਇਹਨੂੰ ਜ਼ਬਾਨੀ ਯਾਦ ਹੁਣ ਜਨਾਨੀ ਜਿਹੜੀ ਉਹ ਜ਼ਬਾਨੀ ਯਾਦ ਕਰ ਰਹੀ ਹੈ ਤੇ ਫਿਰ ਉਹ ਯਾਦ ਕਰਕੇ ਕੀ ਹੋਜੂਗਾ ਉਹਨੂੰ ਹਾਫਿਜ਼ ਬਾਰੇ ਹਿਫਜ਼ ਬਾਰੇ ਮੈਮਰੀ 'ਚ ਭਰ ਗਈ ਹੈ ਜਿਹਨੂੰ ਯਾਦ ਹੋ ਜਾਏ ਸਾਰਾ ਕਿ ਉਹਨੂੰ ਹਾਫਿਜ਼ ਦਾ ਖਿਤਾਬ ਮਿਲ ਜਾਂਦਾ ਉਸ 'ਚ ਆਕੜੇ ਫਿਰਦੇ ਹਾਂ ਅਸੀਂ ਗਿਆਨੀ ਟੈਨੀ ਪਾਠੀ ਮੈਂ 40 ਸਫ਼ੇ ਇੱਕ ਘੰਟੇ 'ਚ ਕਰ ਲੈਂਦਾ ਉਹਦੇ 'ਚ ਆਕੜੇ ਫਿਰਦੇ ਤੇ ਉਹ ਪਤਾ ਨਹੀਂ ਹੈ ਕੀ ਲਿਖਿਆ ਹੋਇਆ ਐਗਜੈਕਟਲੀ ਸਾਡੇ ਨਾਲ ਹੈ ਤੇ ਬਾਣੀ 'ਚ ਅਸੀਂ ਲਾਭ ਕਿਵੇਂ ਖਾਣ ਅੱਜ ਜਿਹੜੇ ਅਸੀਂ ਪਾਠੀ ਗਿਆਨੀ ਟੈਨੀ ਇਹਨਾਂ ਤੱਕ ਇਹਨਾਂ ਨੂੰ ਪਤਾ ਨਹੀਂ ਕਿ ਬਾਣੀ 'ਚ ਲਿਖਿਆ ਕੀ ਹੈ ਇੱਕ ਇੱਕ ਅੱਖਰ ਬਾਣੀ ਦੇ ਹੀਰੇ ਰਤਨ ਜਵਾਹਰ ਮਾਣਕ ਭਰਿਆ ਜੇ ਤੁਸੀਂ ਦੇਖੋ ਜੀ ਦੇਖੋ ਇੱਥੇ ਹੋਰ ਗੱਲ ਇਹ ਸਿਰਫ ਪੜ੍ਹਨ ਵਾਸਤੇ ਨਹੀਂ ਹੈ ਪਾਠ ਕਰਨਾ ਹੈ ਜ਼ਰੂਰ ਜੇ ਪਾਠ ਨਹੀਂ ਕਰੋਗੇ ਤੁਸੀਂ ਗਾਹਾਂ ਉੱਠ ਮੈਂ ਜਾਓਗੇ ਪਾਠ ਕਰਨਾ ਜ਼ਰੂਰ ਕਰਨਾ ਇਹ ਤਾਂ ਆਪਣੀ ਬੋਲੀ ਕਿੰਨੀ ਮਿਹਰ ਹੈ ਕਿ ਸਾਨੂੰ
ਸਾਡੀ ਬਾਣੀ ਆਪਣੀ ਬੋਲੀ ਚ ਹੈ ਔਰ ਇਤਨੀ ਸਿੰਪਲ ਹੈ, ਜਸਟ ਯੂ ਹੈਵ ਟੂ ਪੇ ਦੀ ਅਟੈਂਸ਼ਨ। ਅਟੈਂਸ਼ਨ ਤੋਂ ਬਗੈਰ ਹੀ ਪੜ੍ਹੀ ਜਾਂਦੇ ਹੈ, ਜਿੰਨਾ ਚਿਰ ਅਟੈਂਸ਼ਨ ਤੁਸੀਂ ਉਹਦੇ ਚ ਕੀ ਕੱਢ ਲਓਗੇ, ਨਹੀਂ ਕੱਢ ਸਕਦੇ। ਪਰ ਇੱਕ ਹੋਰ ਗੱਲ, ਬਾਣੀ ਤਾਂ ਬਾਣੀ ਪਾਸ ਹੈ, ਸੱਚਾ ਹੈ, ਯਾਦ ਰੱਖੋ ਇਹ ਪਾਸ ਹੈ। ਪਾਸ ਦੇ ਨਾਲ, ਪਾਸ ਦੇ ਨਾਲ ਤੁਸੀਂ ਲੋਹਾ ਲਾਓ ਤਾਂ ਸੋਨਾ ਬਣ ਜਾਂਦਾ, ਸੋਨਾ ਬਣਦਾ ਪਾਸ ਨਹੀਂ ਬਣ ਸਕਦਾ। ਪਰ ਬਾਣੀ ਪਾਸ ਹੈ, ਬਾਣੀ ਨਾਲ ਸੋਨਾ ਰਗੜਨਾ, ਜਦੋਂ ਸਾਡਾ ਮਨ ਮਨ ਨੇ ਰਗੜਨਾ, ਮਨ ਹੁਣ ਸਿਰਫ ਇਦੋਂ ਉੱਤੇ ਉੱਤੇ ਬਾਣੀ ਪੜ੍ਹਦੇ ਹਾਂ, ਮਨ ਨਹੀਂ ਸਾਡਾ ਰਗੜਦਾ। ਮਨ ਨੇ ਜੋ ਬਾਣੀ ਨਾਲ ਰਗੜਾ ਖਾਧਾ ਨਾ, ਉਹਨੂੰ ਗੁਰਬਾਣੀ ਕਿਹਾ ਪਰਸਣਾ, ਪਰਸਨ ਮੀਨਸ ਉਹਨੇ ਰਗੜਾ ਖਾਣਾ। ਜਦੋਂ ਸਾਡਾ ਮਨ ਇਸ ਪਾਸ ਰੂਪੀ ਬਾਣੀ ਨਾਲ ਰਗੜ ਖਾਧੀ ਨੇ, ਰਗੜ ਖਾਧੀ ਤਾਂ ਇਹ ਸੋਨਾ ਹੀ ਸਿਰਫ ਨਹੀਂ ਬਣ ਜਾਏਗਾ, ਇਹ ਤਾਂ ਪਾਸ ਰੂਪ ਬਣ ਜਾ, ਯਾਨੀ ਆਪ ਹੀ ਬਾਣੀ ਬਣ ਜਾਏਗਾ। ਗੁਰਬਾਣੀ ਚ ਲਿਖਿਆ ਗੁਰਬਾਣੀ ਬਣਿਆ ਉਹ ਸਿੱਖ ਜਿਹੜਾ ਇਸ ਪਾਰਸ ਨਾਲ ਆਪਣੇ ਮਨ ਨੂੰ ਰਗੜੇਗਾ, ਤੇ ਉਹ ਆਪ ਹੀ ਬਾਣੀ ਦਾ ਰੂਪ ਬਣ ਜਾਏਗਾ। ਉਹ ਜਿਉਂਦਾ ਜਾਗਦਾ, ਉਹ ਵਿਰਾਗੀ ਦੇ ਕਹਿਣ ਮੰਗੂ, ਚੱਲ ਤੈਨੂੰ ਕਿ ਤੂੰ ਤਾਂ ਬਾਣੀ ਪੜ੍ਹਦਾ, ਉਹਨੂੰ ਪ੍ਰੇਰਿਆ ਕਿ ਚੱਲ ਸਤਸੰਗ ਹੋ ਰਿਹਾ ਹੈਗਾ, ਚੱਲ ਤੈਨੂੰ ਦਿਖਾਵਾਂ ਉੱਥੇ ਬਹੁਤ ਉੱਚੀ ਸਤਸੰਗ ਗੱਲ ਹੈ, ਇੱਥੇ ਅਖੰਡ ਪਾਠ ਹੋ ਰਿਹਾ, ਇੱਥੇ ਹੀ ਬਾਣੀ ਉੱਥੇ ਹੀ ਬਾਣੀ ਹੈ, ਏਦਾਂ ਉਹ ਸਤਸੰਗ ਜਾਣ ਦੀ ਕੀ ਲੋੜ ਹੈ, ਅਖੰਡ ਪਾਠ ਹੋ ਰਿਹਾ, ਮੈਂ ਅਖੰਡ ਪਾਠ ਦਾ ਹਿੱਸਾ ਲੈ ਰਿਹਾ, ਮੈਂ ਪਾਠੀ ਹੈਗਾ, ਮੈਂ ਉੱਥੇ ਕਿਉਂ ਜਾਵਾਂ, ਮੈਨੂੰ ਕੀ ਲੋੜ ਹੈ, ਮੈਂ ਬਾਣੀ ਪੜ੍ਹ ਰਿਹਾ। ਉਹ ਕਹਿੰਦੇ ਭਾਈ ਇਹ ਹੈਗੀ ਲੇਟੈਂਟ, ਇੱਥੇ ਬਾਣੀ ਲੇਟੈਂਟ ਹੈ, ਉੱਥੇ ਤੁਰੀ ਫਿਰਦੀ ਜਿਉਂਦੀ ਜਾਗਦੀ ਬਾਣੀ, ਯਾਨੀ ਜਿਹਨਾਂ ਗੁਰਮੁਖਾਂ ਨੇ ਇਸ ਬਾਣੀ ਨਾਲ ਛੋਇਆ ਹੈ, ਉਹ ਆਪ ਬਾਣੀ ਰੂਪ ਬਣੇ ਹੋਏ ਆ, ਉਹ ਤੁਰੇ ਫਿਰਦੇ ਬਾਣੀ, ਉਹ ਜਿਹਨੂੰ ਜਿਹਨੂੰ ਹੋਰ ਨਾਲ ਪਰਸਦੇ ਆ, ਜਿਹੜਾ ਹੋਰ ਆਦਮੀ ਉਹਦੇ ਨਾਲ ਸਮਿਤ ਕਰਦਾ, ਉਹ ਵੀ ਬਾਣੀ ਰੂਪ ਬਣ ਜਾਂਦਾ। ਸੋ ਲਾਈਕ ਦੈਟ, ਇਹ ਤੁਸੀਂ ਪੁੱਛਦੇ ਸੀਗੇ ਕਿ ਰਾਈਟ ਥਿੰਕਿੰਗ, ਰਾਈਟ ਥਿੰਕਿੰਗ ਬਾਣੀ ਸਭ ਕੁਛ ਲਿਖਿਆ, ਰਾਈਟ ਥਿੰਕਿੰਗ ਮਹਾਂਪੁਰਖਾਂ ਤੋਂ ਗਿਆ, ਉਹ ਉਹ ਉਸ ਲੈਵਲ ਤੋਂ ਤਿੰਨਾਂ ਗੁਣਾਂ ਤੋਂ ਉੱਪਰ ਜਿਹੜਾ ਪਹੁੰਚਿਆ ਹੋਵੇ, ਉਹ ਤੁਹਾਡੀ ਮਦਦ ਕਰਦਾ ਹੈ। ਪਰ ਇੱਕ ਗੱਲ ਹੈ, ਦੇਖੋ ਇਹਨਾਂ ਆਹ ਜਿਹੜੇ 84 ਲੱਖ ਜੂਨਾਂ, ਇਹਨਾਂ ਦੀ ਆਪਣੀ ਕੋਈ ਵਿਸ਼ ਨਹੀਂ ਹੈ, ਦੇ ਆਰ ਸਟ੍ਰਿਕਟਲੀ ਅੰਡਰ ਦੀ ਡਿਵਾਈਨ ਲਾ, ਉਹ ਆਪਣੀ ਵਿਸ਼ ਉਹਨਾਂ ਦੀ ਨਹੀਂ ਹੈ, ਸਿਰਫ ਇਨਸਾਨ ਨੂੰ ਵਿਸ਼ ਦਿੱਤੀ ਹੈ, ਫਰੀਡਮ ਦਿੱਤੀ ਹੈ, ਤੇ ਉਹ ਸੋਚਣ ਲਈ ਬ੍ਰੇਨ ਦਿੱਤਾ ਹੈ, ਕਿਉਂਕਿ ਸਾਨੂੰ ਫਰੀਡਮ ਦਿੱਤੀ ਹੈ, ਸੋਚਣ ਲਈ ਬ੍ਰੇਨ ਦਿੱਤਾ ਹੈ, ਇਸ ਕਰਕੇ ਅਸੀਂ ਆਪਣੇ ਕਰਮਾਂ ਦੇ ਜ਼ਿੰਮੇਵਾਰ ਹੈ। ਧਿਆਨ ਕਰੋ, 84 ਲੱਖ ਜੋ ਹੁੰਦੇ ਉਹ ਆਪਣੇ ਕਰਮਾਂ ਦੇ ਜ਼ਿੰਮੇਵਾਰ ਨਹੀਂ ਹੈ, ਉਹ ਸ਼ੇਰ ਬੱਕਰੀ ਨੂੰ ਖਾਂਦਾ ਹੈ, ਉਹ ਕਰਮਾਂ ਦੇ ਜ਼ਿੰਮੇਵਾਰ, ਉਹਦਾ ਵਾਸਤੇ ਕੋਈ ਨਹੀਂ, ਬਿੱਲੀ ਕੁੱਤੇ ਚੂਹਾ ਖਾਂਦੀ, ਉਹ ਕਰਮਾਂ ਦੇ ਜ਼ਿੰਮੇਵਾਰ ਨਹੀਂ, ਕਿਉਂਕਿ ਉਹਨੂੰ ਹੁਕਮ ਹੈ ਇਸ ਤਰ੍ਹਾਂ ਕਰਨ ਦਾ, ਉਹ ਲਾਅ ਆਫ ਕਰਮਾਂ ਦੇ ਅੰਡਰ ਨਹੀਂ। ਇਹਨੂੰ ਫਰੀਡਮ ਦਿੱਤੀ ਹੈ, ਇਹਨੂੰ ਬ੍ਰੇਨ ਦਿੱਤਾ ਹੈ, ਇਹਨੂੰ ਡਿਸਕ੍ਰਿਮੀਨੇਸ਼ਨ ਦਿੱਤੀ ਹੈ ਕਿ ਆਹ ਚੰਗਾ ਆਹ ਮਾੜਾ, ਤੁਸੀਂ ਤੁਹਾਡੀ ਮਰਜ਼ੀ ਹੈ ਵੀ ਕਰੋ, ਇਸ ਕਰਕੇ ਹੀ ਕਰਮਾਂ ਦਾ ਲਾਅ ਬਣਾਤਾ, ਕਿਉਂਕਿ ਫਰੀਡਮ ਦਿੱਤੀ ਹੈ, ਥਿੰਕਿੰਗ ਦਿੱਤੀ ਹੈ, ਥਿੰਕਿੰਗ ਦਿੱਤੀ ਹੈ, ਇਸ ਕਰਕੇ ਹੀ ਇਸ ਤੋਂ ਹੁਣ ਅਸੀਂ ਗੋ ਬਿਯੋਂਡ